ਬੀਤੇ ਦਿਨੀ ਰਣਜੀਤ ਸਿੰਘ ਕਾਲੀ ਅਤੇ ਉਸ ਨਾਲ ਇਕੱਠੇ ਹੋਏ ਲੋਕਾਂ ਨੇ ਵਿਧਾਇਕ ਹਰਜੋਤ ਕਮਲ ਦੇ ਭਾਣਜੇ ਦੇ ਧੱਕੇ ਨਾਲ ਚਿੱਟਾ ਵੇਚਣ ਲਈ ਮਜਬੂਰ ਕਰਨ ਨਹੀਂ ਪਰਚੇ ਪਵਾਉਣ ਦੇ ਦੋਸ਼ ਲਗਾਏ ਸਨ। ਪਰ ਅੱਜ ਇਸ ਘਟਨਾਕ੍ਰਮ ਨੇ ਇੱਕ ਨਵਾਂ ਮੋੜ ਲੈ ਆਂਦਾ ਹੈ ਜਦੋਂ ਕਿ ਪਿੰਡ ਕਾਲੀਵਾਲ ਦੇ ਸਰਪੰਚ ਜਗਵੀਰ ਸਿੰਘ ਮੀਨਾ ਨੇ ਆਪਣੇ ਸਾਥੀ ਮੈਂਬਰਾਂ ਨਾਲ ਪ੍ਰੈਸ ਕਾਨਫਰੰਸ ਕਰਕੇ ਸਾਰੇ ਦੋਸ਼ਾਂ ਨੂੰ ਮੁੜ ਤੋਂ ਹੀ ਨਕਾਰ ਦਿੱਤਾ ਹੈ। ਉਹਨਾਂ ਦੱਸਿਆ ਕਿ ਮੈਨੂੰ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਅਤੇ ਅਸੀਂ ਇੱਕ ਮਤਾ ਪਾ ਕੇ ਦਿੱਤਾ ਕਿ ਨਸ਼ਾ ਵੇਚਣ ਵਾਲੇ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਅਤੇ ਰਣਜੀਤ ਕਾਲੀ ਨੂੰ ਕਈ ਵਾਰ ਰੋਕਿਆ ਵੀ ਗਿਆ ਹੈ ਕਿ ਉਹ ਸਾਡੇ ਪਿੰਡ ਵਿੱਚ ਨਜਾਇਜ਼ ਸ਼ਰਾਬ ਜਾਂ ਹੋਰ ਨਸ਼ੇ ਨਾ ਵੇਚੇ। ਪਰ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆ ਰਿਹਾ। ਇੱਕ ਦਿਨ ਜਦੋਂ ਇਹ ਆਪਣੀ ਸ਼ਰਾਬ ਲਾ ਰਹੇ ਸੀ ਤਾਂ ਅਚਾਨਕ ਮੋਗਾ ਤੋਂ ਆਪਣੇ ਸਲੂਨ ਉਗਰਾਹੀ ਕਰਕੇ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਆ ਰਿਹਾ ਸੀ ਤਾਂ ਰਣਜੀਤ ਕਾਲੀ ਨੂੰ ਲੱਗਾ ਕਿ ਠੇਕੇਦਾਰ ਦੀ ਗੱਡੀ ਹੈ। ਇਹਨਾਂ ਨੇ ਗੱਡੀ ਦੀ ਪਾਰਨ ਤੋੜ ਕੀਤੀ ਅਤੇ ਉਸ ਦੇ 9000 ਰੁਪਏ ਵੀ ਕੱਢ ਲਏ। ਇਸ 'ਤੇ ਗੁਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਰਣਜੀਤ ਸਿੰਘ ਕਾਲੀ ਦੇ ਪਰਚਾ ਦਰਜ ਕੀਤਾ ਗਿਆ। ਇਸ ਵਿੱਚ ਮੇਰੀ ਕੋਈ ਵੀ ਸ਼ਮੂਲੀਅਤ ਨਹੀਂ ਹੈ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਰਣਜੀਤ ਕਾਲੀ ਦੇ 8 ਦੇ ਕਰੀਬ ਪਰਚੇ ਨੇ ਅਤੇ ਅਜੇ 3 ਪਰਚਿਆਂ 'ਚੋਂ ਜ਼ਮਾਨਤ ਤੱਕ ਵੀ ਨਹੀਂ ਹੋਈ ਹੈ। ਪਰ ਪੁਲਿਸ ਉਸ ਨੂੰ ਫੜ ਨਹੀਂ ਰਹੀ ਜਦਕਿ ਕਾਲੀ ਪੁਲਿਸ ਦੇ ਨਾਲ ਘੁੰਮਦਾ ਫਿਰਦਾ ਦਿਖਾਈ ਦਿੰਦਾ ਹੈ ਅਤੇ ਮੈਂ ਪਿੰਡ ਦਾ ਸਰਪੰਚ ਹੋਣ ਕਰਕੇ ਵਿਧਾਇਕ ਕੋਲ ਪਿੰਡਾਂ ਦੇ ਕੰਮਾਂ ਬਾਰੇ ਹੀ ਜਾਂਦਾ ਹਾਂ ਤਾਂ ਮੈਨੂੰ ਲੋਕ ਸਰਪੰਚ ਕਰਕੇ ਹੀ ਜਾਣਦੇ ਨੇ ਨਾ ਕਿ ਮੈਨੂੰ ਵਿਧਾਇਕ ਦੇ ਭਾਣਜੇ ਵਜੋਂ ਜਾਣਦੇ ਨੇ। ਉਹਨਾਂ ਸਾਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ। ਜੀ ਰਣਜੀਤ ਸਿੰਘ ਉਰਫ ਕਾਲੀ ਹੈ ਜੀ ਪਿੰਡ ਸਲੀਨੇ ਤੋਂ ਜੀ, ਕਿਉਂਕਿ ਦਾਰੂ ਦਾ ਬਲੈਕ ਕਰਦਾ ਜੀ। ਉਹ ਪਹਿਲਾਂ ਦਿਨੋਂ ਅਸੀਂ ਇੱਕ ਦੋ ਵਾਰੀ ਗੱਲਬਾਤ ਹੋਈ ਜਦੋਂ ਪਿੰਡ 'ਚ ਵੜਿਆ ਸਾਡੀ ਮੈਂ ਅਤੇ ਸਾਡੀ ਪੰਚਾਇਤ ਨੇ ਇੱਕ ਦੋ ਵਾਰੀ ਅਸੀਂ ਉਹਨੂੰ ਰੋਕਿਆ ਪਿੰਡ ਆਉਣ ਜਾਣ ਤੋਂ ਵੀ। ਅਸੀਂ ਇੱਦਾਂ ਦੀ ਅਸੀਂ ਮਤਾ ਪਾ ਕੇ ਦਿੱਤਾ ਵੀ ਕੋਈ ਅਸੀਂ ਪਿੰਡ 'ਚ ਗਲਤ ਕੰਮ ਨਹੀਂ ਹੋਣ ਦੇਵਾਂਗੇ, ਕੁਛ ਕੋਈ ਬਲੈਕ ਨਹੀਂ ਹੋਊਗੀ ਨਾ ਹੀ ਕੁਛ ਹੋਊਗੀ। ਉਸ ਤੋਂ ਰੋਕਿਆ ਸੀ, ਉਸ ਵਿੱਚ ਉਸਨੇ ਮੇਰਾ ਨਾਂ ਲਿਆ ਜੀ, ਕਹਿੰਦਾ ਵੀ ਇੱਦਾਂ ਕਰਕੇ ਇਹ ਬੰਦੇ ਨੇ ਮੇਰੀ ਗੱਡੀ ਭੰਨੀ ਸੀ। ਉਹਨਾਂ ਨੇ ਆਪ ਹੀ ਗੱਡੀ ਭੰਨ ਤੋੜ ਕੇ ਆਹ ਗੱਲ ਕੀਤੀ। ਦੂਸਰੀ ਗੱਲ, ਉਹ ਸਾਡੇ 'ਤੇ ਐਲੀਗੇਸ਼ਨ ਰਾਲਿਆ ਰਣਜੀਤ ਸਿੰਘ ਉਰਫ ਕਾਲੀ, ਉਸ 'ਤੇ ਪਹਿਲਾਂ ਹੀ 8 ਮੁਕੱਦਮੇ ਦਰਜ ਆ ਜੀ। 8 ਪਰਚੇ ਦਾਰੂ ਦੇ ਆ ਜੀ, ਇੱਕ ਲੁੱਟ ਖੋਹ ਦਾ, ਉਸ 'ਤੇ ਪਹਿਲਾਂ ਹੀ ਪਰਚੇ ਦਰਜ ਆ ਜੀ। ਜੋ ਉਹ ਭਾਣ MLA ਸਾਹਿਬ ਦਾ ਭਾਣਜਾ ਕਹਿ ਕੇ ਗੱਲ ਕਹਿ ਰਿਹਾ ਜੀ, ਉਹ MLA ਸਾਹਿਬ ਨੂੰ ਬਦਨਾਮ ਕਰਨ ਬਾਰੇ ਕਹਿ ਰਹੇ ਆ ਜੀ। ਮੇਰੇ ਉਹਨਾਂ ਨਾਲ ਲਿਆ ਜੀ, ਇੱਕ ਸਿਰਫ ਮੈਂ ਇੱਕ ਪਿੰਡ ਦਾ ਆਮ ਵਰਕਰ ਹਾਂ, ਪਿੰਡ ਦਾ ਸਰਪੰਚ ਆ ਜੀ। ਉਹ ਜਾਤੀ ਕੰਮ ਕਰਕੇ ਮੈਨੂੰ ਰੋਜ਼ ਆਉਣਾ ਜਾਣਾ ਪਿੰਡ ਦਾ, ਪਿੰਡ ਦੇ ਕੰਮ ਕਰਾਉਣੇ ਕਰਕੇ, ਕਿਉਂਕਿ ਸਾਡੇ ਉਹ MLA ਆ ਜੀ, ਮੈਂ ਇਹ ਸੰਬੰਧ ਆ, ਮੈਂ ਉਹਨਾਂ ਕੋਲ ਆਉਂਦਾ ਜਾਂਦਾ। ਹੋਰ ਮੇਰਾ ਕੋਈ ਇੱਦਾਂ ਕਹਿੰਦੇ ਜਿਹੜਾ ਭਾਣ ਜਾ ਕੇ ਕਹਿ ਰਹੇ ਆ ਜੀ, ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ, ਹੋਰ ਕੋਈ ਗੱਲ ਨਹੀਂ ਜੀ। ਇੱਕ ਜਿਹੜੇ ਉਹ ਗੱਡੀ ਦੇ ਭੰਨ ਤੋੜਦੇ ਆ, ਦਾਰੂ ਵੇਚਣ ਬਚਾਉਣ ਵਾਲੇ, ਉਹ ਕੀ ਆਰੋਪ ਹੈ ਜੀ? ਉਹ ਦਾਰੂ ਦੇ ਜੋ ਵੀ ਉਹ ਠੇਕੇਦਾਰਾਂ ਵੱਲੋਂ ਐਕਸਾਈਜ਼ ਵੱਲੋਂ ਜੀ ਪਰਚਾ ਦਰਜ ਆ ਜੀ ਉਹਨਾਂ 'ਤੇ। ਮੇਰਾ ਕੋਈ ਨਿੱਜੀ ਸੰਬੰਧ ਨਹੀਂ, ਨਾ ਹੀ ਕੋਈ ਮੇਰੀ ਗੱਲਬਾਤ ਆ। ਗੁਰਪ੍ਰੀਤ ਸਿੰਘ ਸਨ ਉਹ ਹਰਨੇਕ ਸਿੰਘ ਪਿੰਡ ਸਲੀਨੇ ਦਾ ਰਹਿਣ ਵਾਲਾ ਜੀ, ਉਸ ਦੀ ਗੱਡੀ ਦੀ ਭੰਨ ਤੋੜ ਕੀਤੀ ਅਤੇ ਉਹਦੇ ਉਸਦੇ ਵਿੱਚ 9000 ਰੁਪਈਆ ਸੀ, ਉਹਨਾਂ ਨੇ ਖੋਇਆ ਠੇਕੇਦਾਰਾਂ ਦੀ ਗੱਡੀ ਸਮਝ ਕੇ ਜੀ। ਉਸ ਨੇ ਪਰਚਾ ਦਰਜ ਕਰਾਇਆ ਜੀ, ਗੁਰਪ੍ਰੀਤ ਸਿੰਘ ਵੱਲੋਂ ਪਰਚਾ ਦਰਜ ਆ ਜੀ। ਮੇਰਾ ਉਹਦੇ ਵਿੱਚ ਕੋਈ ਵੀ ਰੋਲ ਹੈ ਨਹੀਂ, ਨਾ ਹੀ ਨਾਤਾ ਜੀ ਮੇਰਾ। ਇੱਕ ਜਿਹੜਾ MLA ਦਾ ਕਹਿ ਰਹੇ ਨੇ ਰਿਸ਼ਤੇਦਾਰ ਨਹੀਂ, MLA ਦਾ ਰਿਸ਼ਤੇਦਾਰ ਮੈਂ ਤੁਹਾਨੂੰ ਦੱਸ ਰਿਹਾ ਜੀ, ਮੈਂ ਪਿੰਡ ਦਾ ਸਰਪੰਚ ਆ ਜੀ, ਸਰਬ ਸ਼ਾਂਤੀ ਨਾਲ ਚੁਣਿਆ ਗਿਆ ਮੈਂ ਸਰਪੰਚ ਆ ਜੀ। ਮੈਂ ਰੋਜ਼ ਆਉਂਦਾ ਜਾਣਾ, ਮੈਨੂੰ ਕੰਮ ਪੈਂਦੇ ਆ ਜੀ। ਉਹ ਤਾਂ ਸਿਰਫ ਬਦਨਾਮ ਕਰਦਾ, ਉਹਨਾਂ ਨੇ ਭਾਣ ਜਾ ਕੇ ਇੱਕ ਜ਼ਰੀਆ ਬਣਾ ਲਿਆ MLA ਸਾਹਿਬ ਨੂੰ ਬਦਨਾਮ ਕਰਿਆ ਜਾਵੇ, ਇਹਨੂੰ ਭਾਣ ਜਾ ਕੇ ਮੈਨੂੰ ਤਾਂ ਸਰਪੰਚ ਦੇ ਨਾਂ ਤੋਂ ਜਾਣਦੇ, ਮੈਨੂੰ ਭਾਣ ਜੀ ਵਾਲੀ ਗੱਲ ਦਾ ਕੋਈ ਪਤਾ ਨਹੀਂ ਗਾ ਜੀ। ਇੱਕ ਜਿਹੜੇ ਨਸ਼ਾ ਵੇਚਣ ਬਚਾਉਣ ਵਾਲੇ ਆਰੋਪ ਲਾਏ ਜਾ ਰਹੇ ਨੇ, ਨਹੀਂ ਵੇਚ ਬਚਣ ਬਚਾਉਣ ਵਾਲੇ ਜਿਹੜੇ ਆਰੋਪ ਲਾ ਰਹੇ ਆ ਜੀ, ਉਹਨਾਂ 'ਤੇ 8 ਮੈਂ ਤੁਹਾਨੂੰ ਦੱਸ ਚੁੱਕਿਆ, 8 FIR ਦਰਜ ਆ ਜੀ। ਇਹ ਤਾਂ ਹੁਣ ਕਾਂਗਰਸ ਦੀ ਸਰਕਾਰ ਆ, ਪਹਿਲਾਂ 4 ਤੋਂ 5 ਪਰਚੇ ਉਹਨਾਂ ਦੇ ਕਾਲੀਆਂ ਮੌਕੇ ਦੇ ਆ ਜੀ, ਉਹਨਾਂ 'ਤੇ ਦਰਜ ਉਦੋਂ ਵੀ ਵੇਚਦੇ ਰਹੇ, ਉਦੋਂ ਵੀ ਵੇਚਦੇ ਰਹੇ ਆ ਜੀ। ਪਿੰਡ ਦੇ ਸਾਂਝ ਕੇਂਦਰ ਵਿੱਚ ਦਾਰੂ ਜਿੰਦਾ ਭੰਨ ਕੇ ਦਾਰੂ ਰੱਖ ਵੇਚਦੇ ਰਹੇ ਆ, ਬਕਾਇਦਾ ਸਾਂਝ ਕੇਂਦਰ ਦਾ ਨਾਂ ਵੇਰਵਾ ਪਾ ਕੇ FIR ਦਰਜ ਆ ਜੀ, 8 ਤੋਂ 9 ਪਰਚੇ ਦਰਜ ਆ ਜੀ। ਜਿਹੜੇ ਆਰੋਪ ਲਾਏ ਜਾ ਰਹੇ ਨੇ ਤੁਹਾਡੇ 'ਤੇ ਬੇਬੁਨਿਆਦ? ਨਹੀਂ, ਬੇਬੁਨਿਆਦ ਆ ਜੀ। ਮੈਂ ਕਹਿੰਦਾ ਇਸ ਦੀ ਇਨਕੁਆਇਰੀ ਕਰੀ ਜਾਵੇ, ਬਣਦੀ ਇਨਕੁਆਇਰੀ ਕਰਕੇ ਜਿਹੜੇ ਉਹਨਾਂ ਨੇ ਗਲਤ ਇਲਜ਼ਾਮ ਲਾਏ ਉਹਨਾਂ ਦੀ ਬਣਦੀ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਅਸੀਂ। ਅਤੇ ਇੱਕ ਉਹ ਬੰਦਾ ਜੋ ਵੀ ਜੀ ਬਿਆਨ ਦੇ ਰਿਹਾ ਜੀ, 3 ਪਰਚਿਆਂ 'ਚ ਉਹਦੀ ਹਜੇ ਬੇਲ ਨਹੀਂ ਹੋਈ ਜੀ, ਬਿਨਾਂ ਬੇਲ ਤੋਂ ਤੁਰਿਆ ਫਿਰਦਾ ਰਿਹਾ, ਕੋਈ ਅਰੈਸਟ ਨਹੀਂ ਕਰਿਆ ਜਾ ਰਿਹਾ ਜੀ ਉਹਨੂੰ ਹਜੇ।
ਇਸ ਸੰਬੰਧੀ ਪਿੰਡ ਵਾਸੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਜੋ ਕਿ ਸਲੀਣੇ ਪਿੰਡ ਦਾ ਕਾਲੀ ਵਲੈਕੀਆ ਦੇ ਨਾਮ ਨਾਲ ਮਸ਼ਹੂਰ ਹੈ ਅਤੇ ਹਰ 6 ਮਹੀਨੇ ਬਾਅਦ ਇਸ ਤੇ ਨਵਾਂ ਪਰਚਾ ਨਸ਼ੇ ਦੀ ਸਮਗਲਿੰਗ ਦਾ ਦਰਜ ਹੁੰਦਾ ਹੈ। ਇਸ ਦੇ 8 ਤੇ ਗਰੀਬ ਪਰਚੇ ਨੇ ਜਿਸ ਵਿੱਚ ਲੁੱਟ ਖੋਹ ਦਾ ਪਰਚਾ ਵੀ ਦਰਜ ਹੈ। ਉਹਨਾਂ ਕਿਹਾ ਕਿ ਪਿੰਡ ਦੇ ਸਾਰੀ ਨੌਜਵਾਨ ਪੰਚਾਇਤ ਹੈ ਅਤੇ ਵਧੀਆ ਕੰਮ ਕਰ ਰਹੀ ਹੈ। ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਇਸ ਨੂੰ ਨਸ਼ਾ ਵੇਚਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਸਰਪੰਚ ਨੂੰ ਭਾਣਜਾ ਕਹਿ ਕੇ ਵਿਧਾਇਕ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ। ਇੱਕ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜੀ, ਕੀ ਮਸਲਾ ਕੀ ਹੈ ਜੀ, ਕੀ ਜਿਹੜਾ ਇਹ ਤੁਸੀਂ ਕਰ ਰਹੇ ਹੋ ਅੱਜ ਪ੍ਰੈਸ? ਇਹ ਪ੍ਰੈਸ ਕਾਨਫਰੰਸ ਦਾ ਮਕਸਦ ਸਿਰਫ ਇਹੀ ਹੈ ਵੀ ਜਿਹੜੇ ਸਾਡੇ 'ਤੇ ਸਰਪੰਚ ਦੇ ਸਾਡੇ 'ਤੇ ਇਲਜ਼ਾਮ ਲਾ ਰਹੇ ਆ ਬੰਦੇ ਸਲੀਣੇ ਪਿੰਡ ਦੇ, ਉਹ ਨਸ਼ੇ ਦੇ ਵਪਾਰੀ ਹੈ ਜਿਹੜੇ ਬਲੈਕੀਏ ਆ, ਉਹ ਸਾਡੇ ਪਿੰਡ ਦੇ ਸਰਪੰਚ ਨੂੰ ਅਤੇ MLA ਸਾਹਿਬ ਨੂੰ ਬਦਨਾਮ ਕਰਨਾ ਚਾਹੁੰਦੇ ਜੀ। ਉਸ ਸੰਬੰਧ ਵਿੱਚ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਜੀ। ਕੀ ਤੁਹਾਡਾ ਕੀ ਪੱਖ ਕੀ ਹੈ? ਸਾਡਾ ਤਾਂ ਪੱਕ ਇਹੀ ਹੈ ਕਿ ਉਹਦੇ ਬੰਦੇ ਸਾਡੇ ਪਿੰਡ 'ਚ ਅਕਸ ਸਾਡੀ ਐਕਚੁਲੀ ਪੰਚਾਇਤ ਸਰਬਸੰਮਤੀ ਨਾਲ ਬਣੀ ਆ, ਯੰਗ ਮੁੰਡੇ ਬਣੇ ਹੋਏ ਆ, ਠੀਕ ਆ। ਜਿੱਦਣ ਅਸੀਂ ਸਰਬਸੰਮਤੀ ਨਾਲ ਬਣੇ ਸੀਗੇ ਉਦਣ ਅਸੀਂ ਇੱਕ ਪ੍ਰਣ ਕੀਤਾ ਸੀਗਾ ਵੀ ਸਾਡੇ ਤੋਂ ਜ਼ਿਆਦਾ ਕੰਮ ਹੋਇਆ ਨਾ ਹੋਇਆ ਅਸੀਂ ਨਸ਼ਾ ਉਹਦੇ ਪਿੰਡ 'ਚ ਨਾ ਵੜਨ ਦੇਣਾ ਅਤੇ ਨਸ਼ੇ ਤੋਂ ਪਿੰਡ ਨੂੰ ਅਸੀਂ ਆਪਦੇ ਨੂੰ ਬਚਾਉਣਾ ਸੀ। ਉਸੇ ਲੜੀ ਦੇ ਤਹਿਤ ਹੀ ਅਸੀਂ ਇੱਕ ਦੋ ਵਾਰੀ ਇਹਨਾਂ ਦੇ ਬੰਦੇ ਰੋਕੇ ਆ ਵੀ ਅਸੀਂ ਆਪਦੇ ਪਿੰਡ 'ਚ ਵੜਨ ਨਹੀਂ ਦੇਣੇਗੇ, ਠੀਕ ਆ। ਇਹਨੂੰ ਵੀ ਅਸੀਂ ਇੱਕ ਦੋ ਵਾਰੀ ਸਨੇਹ ਕਲਾਇਆ ਸੀ ਵੀ ਸਾਡੇ ਪਿੰਡ 'ਚ ਹੋਰ ਜਿੱਥੇ ਮਰਜ਼ੀ ਤੂੰ ਕਰ ਸਾਡੇ ਪਿੰਡ 'ਚ ਨਹੀਂ ਵੜਨਾ ਗਾ, ਠੀਕ ਹੈ ਨਾ। ਇਸੇ ਰੰਜਿਸ਼ ਦੇ ਕਾਰਨ ਹੀ ਇਹ ਸਾਡੇ ਸਰਪੰਚ ਨੂੰ, ਠੀਕ ਆ, ਅਤੇ MLA ਸਾਹਿਬ ਨੂੰ ਰਿਸ਼ਤੇਦਾਰੀਆਂ ਬਣਾ ਕੇ ਬਦਨਾਮ ਕਰਨਾ ਚਾਹੁੰਦਾ। ਅਸੀਂ ਤਾਂ ਪਿੰਡ ਦੇ ਕੰਮ ਹਰ ਰੋਜ਼ ਵਾਂਗੂ ਉੱਥੇ ਕਰਨ ਜਾਂਦੇ ਕਰਾਉਣ ਜਾਂਦੇ। ਕਿਹੜੇ ਕਿਹੜੇ ਬੰਦੇ ਨੇ ਜਿਹੜੇ ਆਰੋਪ ਲਾ ਰਹੇ, ਕਿਹੜੇ ਕਿਹੜੇ ਬੰਦੇ ਸੀਗੇ? ਅਸਲੀਨੇ ਦੇ ਆਈ ਜਿਹੜੇ ਆਹ ਕਾਲੀ ਬਲੈਕੀ ਹੋਣੀ ਵੱਜਦੇ ਅਤੇ ਉਹ ਅਤੇ ਉਹਦੇ ਉਹਨਾਂ ਦੇ ਬੰਦੇ ਆਈ। ਇਹ ਬਿਨਾਂ ਵਜ੍ਹਾ ਕਰ ਰਹੇ ਨੇ ਸਾਰਾ ਕੁਛ? ਬਿਨਾਂ ਵਜ੍ਹਾ ਸਿਰਫ ਸਾਡੇ ਨਾਲ ਤਾਂ ਇਹੀ ਰੰਜਿਸ਼ ਆ, ਸਾਡਾ ਪਰਸਨਲੀ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਗਾ। ਸਿਰਫ ਅਸੀਂ ਉਹਨਾਂ ਨੂੰ ਆਪਦੇ ਪਿੰਡ ਨਸ਼ਾ ਵੇਚਣ ਤੋਂ ਸ਼ਰਾਬ ਵੇਚਣ ਤੋਂ ਰੋਕਿਆ ਸੀਗਾ ਪੰਚਾਇਤ ਨੇ, ਇਹੀ ਰੰਜਿਸ਼ ਕਰਕੇ। ਹੋਰ ਕੋਈ ਸਾਡੀ ਉਹਨਾਂ ਦਾ ਪਹਿਲਾਂ ਵੀ ਵੇਚਦੇ ਪੁੱਛਦੇ ਰਹੇ ਨੇ? ਪਹਿਲਾਂ ਵੀ ਉਹਨਾਂ ਕੋਲ 2-3 ਸਾਲ ਹੋ ਗਿਆ ਜੀ, ਹਰ ਸਾਲ ਉਹਨਾਂ 'ਤੇ 6 ਮਹੀਨੇ ਬਾਅਦ ਕੋਈ ਨਵਾਂ ਪਰਚਾ ਨਸ਼ੇ ਦਾ ਹੁੰਦਾ ਜਾਂ ਸ਼ਰਾਬ ਦਾ ਹੁੰਦਾ ਅਤੇ ਜਾਂ ਚਿੱਟੇ ਦਾ ਹੁੰਦਾ ਜੀ। ਹੁਣ ਤੁਸੀਂ ਕੀ ਚਾਹੁੰਦੇ? ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਜਿਹੜੇ ਸਾਡੇ 'ਤੇ ਇਹ ਇਹਨੇ ਬੇਬੁਨਿਆਦ ਇਲਜ਼ਾਮ ਲਾਉਂਦਾ ਉਹਨਾਂ ਤੋਂ ਸਾਡੀ ਉਹ ਪ੍ਰਸ਼ਾਸਨ ਨੂੰ ਇਹੀ ਅਸੀਂ ਅਪੀਲ ਕਰਦੇ ਹਾਂ ਵੀ ਉਹਦੀ ਇਨਕੁਆਇਰੀ ਕਰਕੇ ਸਾਨੂੰ ਜਿਹੜੀ ਆ ਵੀ ਇਨਸਾਫ ਦਿਵਾਉਣੀ। ਬਿਊਰੋ ਰਿਪੋਰਟ, ਆਵਾਜ਼ ਕੌਮ TV।